ਪੰਜਾਬ ਚ ਤੋਂ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਤਾਂ ਸਰਪੰਚੀ ਵਾਲਾ ਤਾਜ ਕਿਹਦੇ ਸਿਰ ਤੇ ਸਜਣਾ ਇਹ ਲੋਕਾਂ ਨੇ ਤੈਅ ਕਰਨਾ ਪੰਜਾਬ ਦੇ ਪਿੰਡਾਂ ਦੀ ਸਿਆਸਤ ਤੇ ਚਰਚਾ ਕਰਨ ਦੇ ਲਈ ਪੇਚਾ ਪੰਚਾਇਤਾਂ ਦਾ ਲੈ ਕੇ ਪੰਜਾਬ ਦੇ ਪਿੰਡਾਂ 'ਚ ਪਹੁੰਚੇ ਆ ਅਸੂਲੇ ਸੀ ਮੌਜੂਦ ਆ ਨੌਜਵਾਨ ਗਾਇਕ ਨਰਵੈਰ ਪੰਨੂ ਪਿੰਡ ਲੋਕਾ ਕਲਾਂ ਦੇ ਵਿੱਚ ਤੇ ਲੋਕਾ ਕਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਚੱਲ ਰਹੀ ਆ ਲੋਕ ਕਿਹੜੇ ਮੁੱਦਿਆਂ ਤੇ ਚਰਚਾ ਕਰਦੇ ਨੇ ਇੱਥੋਂ ਦੇ ਲੋਕਾਂ ਤੋਂ ਜਾਣ ਲੈਣੇ ਆ ਜਿਲੇ ਦਾ ਪਿੰਡ ਲੋਕਾਕਲਾ ਤੇ ਲੋਕਾਕਲਾ ਦੇ ਕੀ ਹਾਲਾਤ ਨੇ ਲੋਕਾਕਲਾ ਦੀ ਸਿਆਸਤ ਕੀ ਕਹਿੰਦੀ ਆ ਇੱਥੋਂ ਦੇ ਲੋਕ ਕਿਸ ਨੂੰ ਚਾਹੁੰਦੇ ਨੇ ਆਪਣਾ ਸਰਪੰਚ ਚੋਣਨਾ ਪਿੰਡ ਦੀ ਸੱਤ ਦੇ ਵਿੱਚ ਅਸੀਂ ਮੌਜੂਦ ਆ ਤਾਂ ਇੱਥੇ ਲੋਕ ਕਿਸ ਤਰ੍ਹਾਂ ਦੀ ਚਰਚਾਵਾਂ ਕਰਦੇ ਨੇ ਕਿਉਂਕਿ ਕਹਿੰਦੇ ਆ ਕਿ ਜਦੋਂ ਪਿੰਡ ਦੀ ਕੋਈ ਸਿਆਸਤ ਦੀ ਚਰਚਾ ਹੁੰਦੀ ਆ ਤਾਂ ਉਹਦੀ ਸ਼ੁਰੂਆਤ ਪਿੰਡ ਦੀ ਸੱਤ 'ਚ ਹੁੰਦੀ ਆ ਸੱਤ 'ਚ ਹੀ ਕਹਿੰਦੇ ਸਿਆਸਤ ਘੜੀ ਜਾਂਦੀ ਆ ਤੇ ਸੱਤ ਦੇ ਵਿੱਚੋਂ ਹੀ ਸਾਰੀਆਂ ਸਿਆਸੀ ਰਣਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਤਾਂ ਇਸ ਪਿੰਡ ਲੋਕਾ ਕਲਾਂ ਦੇ ਲੋਕ ਸੱਤ ਚ ਬੈਠੇ ਕੀ ਕੁਝ ਵਿਚਾਰ ਚਰਚਾ ਕਰ ਰਹੇ ਨੇ ਕਿਨੂੰ ਸਰਪੰਚੀ ਆਲਾ ਤਾਜ ਪਵਾਉਣ ਦੀ ਤਿਆਰੀ ਐ ਤੇ ਕਿਨੂੰ ਨਰਾਸ਼ ਕਰਨ ਦਾ ਮਨ ਬੜਾਈ ਬੈਠੇ ਨੇ ਲੋਕਾ ਕਲਾਂ ਦੇ ਲੋਕ ਵੀਰ ਨਹੀਂ ਪਹਿਲਾਂ ਚੱਲਦੇ ਆਂ ਗਾਹ ਨਹੀਂ ਇਸ਼ਾਰਾ ਕਰਨਾ ਅੱਛਾ ਫਿਰ ਪਿੰਡਾਂ ਦੇ ਇਆਂ ਕਹਿੰਦੇ ਸੱਤਾਂ ਸਿਆਸਤ ਤੈ ਹੋ ਜਾਂਦੀ ਹੁਣ ਤੁਸੀਂ ਬੈਠਿਓ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਵੀ ਐਤ ਕੀ ਸਰਪੰਚੀ ਫਲਾਣੇ ਦੇ ਸਿਆ ਸਕਦੀ ਆ ਤੇ ਜੇ ਆਉਣੀ ਹੈ ਚਲੋ ਤੁਸੀਂ ਜ਼ਿਕਰ ਬੇਸ਼ੱਕ ਨਾਂ ਦਾ ਨਹੀਂ ਅਜੇ ਹੋਇਆ ਹੋਣਾ ਪਰ ਕਿਹੜੇ ਮੁੱਦੇ ਤੇ ਸਿਆਸਤ ਤੈਅ ਕਰਨੀ ਹੈ ਮੁੱਦਾ ਵੇਖੋ ਵੀ ਸਾਨੂੰ ਪਿੰਡ ਚ ਪੜਿਆ ਲਿਖਿਆ ਇੱਕ ਨੌਜਵਾਨ ਸਰਪੰਚ ਚਾਹੀਦਾ ਵਾ ਠੀਕ ਆ ਜੀ ਇੱਕ ਸਾਡੇ ਪਿੰਡ ਨੂੰ ਗਰਾਊਂਡ ਦੀ ਥੋੜੀ ਜੀ ਘਾਟ ਆ ਗਰਾਊਂਡ ਹੈ ਆ ਪਰ ਥੋੜਾ ਜਿਹਾ ਵੱਨ ਵਾਲਾ ਵਧੀਆ ਚਾਹੀਦਾ ਗਰਾਊਂਡ ਇੱਕ ਮੱਲਾ ਕਲੀਨਿਕ ਜ਼ਰੂਰੀ ਆ ਇਹ ਚੀਜ਼ਾਂ ਜ਼ਰੂਰ ਬਣਨੀਆਂ ਚਾਹੀਦੀਆਂ ਅੱਛਾ ਤੁਸੀਂ ਕਹਿੰਦੇ ਕਿ ਹੁਣ ਕਮਾਨ ਜਿਹੜੀ ਉਹ ਨੌਜਵਾਨਾਂ ਦੇ ਹੱਥਾਂ 'ਚ ਨੌਜਵਾਨਾਂ ਦੇ ਹੱਥ ਚਾਹੀਦੇ ਅੱਛਾ ਪਹਿਲਾਂ ਪਿੰਡ ਦੇ ਵਿੱਚ ਡਵੈਲਪਮੈਂਟ ਵਗੈਰਾ ਹੋਈ ਹੈ ਇੱਥੇ ਪਿੰਡ ਦੀ ਜਿਹੜੀ ਹੈਗੀ ਆ ਆਪ ਦੇ ਸਿਆਸਤ ਕਈ ਵਾਰ ਥੋੜੀ ਜੀ ਤਲਖੀ ਵਾਲੀ ਵੀ ਹੁੰਦੀ ਹੈ ਨਹੀਂ ਐਡੀ ਕੋਲੋਂ ਸਾਡਾ ਪਿੰਡ ਬਹੁਤ ਵਧੀਆ ਵਾ ਬਹੁਤ ਵਧੀਆ ਕੰਮ ਹੋਇਆ ਪਿੱਛੇ ਪਰ ਹੁਣ ਆਉਣ ਵਾਲੇ ਹਨ ਹੋਰ ਚਾਹੁੰਦੇ ਵੀ ਵਧੀਆ ਕੰਮ ਹੋਣ ਸਾਡੇ ਪਿੰਡ ਦਾ ਇਹੀ ਇੱਕੇ ਨਾਲ ਹੀ ਰਹਿਨੇ ਸਾਰੇ ਬਹੁਤ ਵਧੀਆ ਵਾ ਯਾਨੀ ਕਿ ਸਿਆਸੀ ਟਕਰਾਰ ਤੋਂ ਬਚੇ요 ਨਹੀਂ ਬਚੇ ਬਚੇ ਤਾਂ ਕਹਿੰਦੇ ਨੇ ਜੀ ਨੌਜਵਾਨ ਦੇ ਹਿੱਸੇ ਆਜੇ ਇਥੋਂ ਦੀ ਕਮਾਨਪਿੰਡ ਦੀ ਵੀਰ ਕਿਹੜੇ ਮੁੱਦਿਆਂ ਤੋਂ ਲੱਗਦਾ ਕਿਉਂਕਿ ਅਸੀਂ ਦੇਖਿਆ ਕਿ ਸਿਆਸਤ ਭਾਰੀ ਪੈ ਜਾਂਦੀ ਹੈ ਮੁੱਦਿਆਂ ਤੇ ਅਸੀਂ ਦੇਖਿਆ ਕਿ ਹੁਣ 35 ਚੋਣਾਂ ਨੂੰ ਲੈ ਕੇ ਤਕਰਾਰਾਂ ਸ਼ੁਰੂ ਹੋ ਗਈਆਂ ਨਹੀਂ ਲੱਗਦਾ ਕਿ ਪਿੰਡਾਂ ਦੇ ਵਿੱਚ ਕਿਤਨੇ ਕਿਤੇ ਅੰਦਰੂਨੀ ਗੁੱਟਬਾਜ਼ੀ ਜਿਹੜੀ ਉਹ ਬੜੀ ਮਾੜੀ ਹੈ ਉਹਦੇ ਨਤੀਜੇ ਬੜੇ ਖਤਰਨਾਕ ਹੋ ਜਾਂਦੇ ਕੀ ਵਰੀ ਸਹੀ ਗੱਲ ਆ ਜੀ ਵੇਖੋ ਹੁਣ ਜਿਹੜਾ ਅਜ ਤੋਂ ਕੋਈ 15 20 ਸਾਲ ਪਹਿਨੋਂ ਟਾਈਮ ਹੁੰਦਾ ਸੀਗਾ ਤਾਂ ਸਰਪੰਚ ਜਿਹੜਾ ਪਿੰਡ ਦੀ ਸਹਿਮਤੀ ਨਾਲ ਚੁਣਿਆ ਜਾਂਦਾ ਸੀ ਮੈਂਬਰ ਵੀ ਪਿੰਡ ਦੀ ਸਹਿਮਤੀ ਨਾਲ ਜਿਵੇਂ ਹੁਣ ਵਾਰਡਬੰਦੀ ਵਗੈਰਾ ਹੋ ਗਈ ਆ ਪਹਿਲਾਂ ਆਪਣੀ ਸਾਈਡ ਤੋਂ ਇੱਕ ਮੈਂਬਰ ਵਧੀਆ ਚੁਣ ਲੈਂਦੇ ਸੀ ਪਰ ਹੁਣ ਕਿਵੇਂ ਹੌਲੀ ਹੌਲੀ ਨਾ ਉਹ ਚੀਜ਼ਾਂ ਮਤਲਬ ਲੋਪ ਹੁੰਦੀਆਂ ਜਾਂਦੀਆਂ ਤੇ ਇੱਕ ੱੱੱਕੇ ਛਈਲਾ ਜਿਹੜਾ ਦੌਰ ਵਧ ਗਿਆ ਜਿਹੜੀ ਪਿੰਡ ਦੀ ਕੋਈ ਸਹਿਮਤੀ ਨਹੀਂ ਜਿਹੜਾ ਬੰਦਾ ਉਹ ਸਰਪੰਚ ਬਣ ਜਾਂਦਾ ਜਿਹਨੂੰ ਮੈਂਬਰ ਕੋਈ ਬਣਾਉਣਾ ਚਾਹੁੰਦਾ ਉਹ ਬਣਦਾ ਨਹੀਂ ਤੇ ਕੋਈ ਇੱਕ ਵੱਖਰਾ ਹੀ ਬੰਦਾ ਆਪਣੀ ਪਾਰਟੀ ਦਾ ਕੋਈ ਵੀ ਪੋਲੀਟੀਕਲ ਪਾਰਟੀ ਆ ਮਤਲਬ ਆਪਣੀ ਮਰਜ਼ੀ ਦੇ ਨਾਲ ਬਣਾ ਲੈਂਦੇ ਆ ਮਤਲਬ ਪਿੰਡ ਦਾ ਕੋਈ ਉਹਦੇ ਵਿੱਚ ਰੋਲ ਨਹੀਂ ਰਹਿ ਜਾਂਦਾਗਾ ਸਿਰਫ ਇੱਕ ਉਹ ਪਾਰਟੀਆਂ ਦੀ ਮਰਜ਼ੀ ਹੋ ਜਾਂਦੀ ਆ ਅੱਛਾ ਵੈਸੇ ਤਾਂ ਕਹਿੰਦੇ ਕਿ ਅਤਕੀ ਕਿਸੇ ਪਾਰਟੀ ਦੇ ਨਿਸ਼ਾਨ ਤੇ ਚੋਣ ਨਹੀਂ ਲੜਨੀ ਪਹਿਲਾਂ ਵੀ ਨਹੀਂ ਲੜਦੇ ਘਰ ਪਰ ਉਹ ਹੁਣ ਜਿਵੇਂ ਹੀ ਖਤਮ ਕਰਤਾ ਉਸ ਚੀਜ਼ ਨੂੰ ਤਾਂ ਫਿਰ ਵੀ ਸਿਆਸਤ ਭਾਰੀ ਪੈ ਜਾਂਦੀ ਹੈ ਸਹੀ ਗੱਲ ਹੈ ਉਹ ਪਤਾ ਹੀ ਹੈ ਜੀ ਸਪੋਰਟ ਤਾਂ ਹੁੰਦੀ ਆ ਵੀ ਕਿਹੜਾ ਬੰਦਾ ਸਾਡੀ ਪਾਰਟੀ ਦਾ ਕਿਹੜਾ ਕਿਵੇਂ ਨਿਸ਼ਾਨ ਨਹੀਂ ਉਹ ਗੱਲ ਵੱਖਰੀ ਆ ਪਰ ਤੁਸੀਂ ਵੇਖੋ ਜਿਵੇਂ ਸਾਡਾ ਪਿੰਡ ਆ ਇੱਕ ਸੈਂਟਰ ਦੇ ਵਿੱਚ ਪੈਂਦਾ ਇਹਨੂੰ ਘਟੋ ਘਟ 20 ਤੋਂ 25 ਪਿੰਡ ਪੈਂਦੇ ਆ ਪਰ ਸਹੂਲਤਾਂ ਪੱਖੋਂ ਇਹਦੇ ਵਿੱਚ ਅਜੇ ਉਸ ਲੈਵਲ ਦੀ ਕੋਈ ਵੀ ਚੀਜ਼ ਨਹੀਂ ਹੈਗੀ ਨਾ ਕੋ ਨਾ ਕੋਈ ਇਥੇ ਬੈਂਕ ਆ ਬੈਂਕ ਸਾਡੇ ਇੱਥੋਂ 5 ਕਿਲੋਮੀਟਰ ਦੂਰ ਆ ਉੱਥੇ ਲੋਕ ਪੈਨਸ਼ਨ ਲੈਣ ਲੈਣਾਂ ਦੇ ਵਿੱਚ ਲੱਗੇ ਰਹਿੰਦੇ ਆ ਪਰ ਇਸ ਐਡੇ ਵੱਡਾ ਪਿੰਡ ਆ 3000 ਦੀ ਵਾਦੀ 303500 ਦੀ ਵਾਦੀ ਆ ਪਿੰਡ ਚ ਬੈਂਕ ਹੈ ਨਹੀਂ ਸਹੂਲਤਾਂ ਦੀ ਇਸ ਪਿੰਡ ਵਿੱਚ ਕੋਈ ਵੀ ਨਹੀਂ ਚੰਗੀ ਅਠਵੀਂ ਦਾ ਸਕੂਲ ਆ ਇੱਥੇ ਮਤਲਬ ਕੋਈ ਗਰਾਊਂਡ ਨਹੀਂਗਾ ਕੋਈ ਬੈਂਕ ਨਹੀਂ ਕੋਈ ਕਮਿਊਨਿਟੀ ਸਿਸਟਮ ਨਹੀਂ ਹੈਗਾ ਇੱਥੇ ਕੱਖ ਵੀ ਨਹੀਂ ਉਸ ਲੈਵਲ ਦਾ ਮਤਲਬ ਹੈਗਾ ਜੇਕਰ ਤੁਹਾਡੇ ਪਿੰਡ ਦਾ ਨਾਮ ਵੀ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਨੇ ਮੁੰਡੇ ਨੇ ਕਹਿਕ ਨੇ ਬੜਾ ਚਮਕਾਤਾ ਤੁਹਾਡੇ ਪਿੰਡ ਦਾ ਮੁੰਡਾ ਪਿੱਛੇ ਮਿਲਦਾ ਕੋਠੀ ਵੀ ਉਸੇ ਦੀ ਆ ਨਰਵੈਰ ਪੰਨੂ ਹਾਂਜੀ ਨਹੀਂ ਉਹ ਵਧੀਆ ਮੁੰ ਪਰ ਫਿਰ ਉਹੀ ਪੋਲੀਟੀਕਲ ਚੀਜ਼ਾਂ ਆ ਜਾਂਦੀਆਂ ਵਾ ਹਜੇ ਉਸ ਲੈਵਲ ਤੇ ਬਾਕੀ ਜੋ ਸਰਕਾਰ ਨੇ ਕਰਨਾ ਉਹ ਤਾਂ ਸਰਕਾਰ ਨੇ ਕਰਨਾ ਪਿੰਡ ਰਵੇ ਪਿੰਡ ਹੀ ਰਹਿੰਦਾ ਹਾਂਜੀ ਉਹ ਪਿੰਡ ਵੈਸੇ ਆਉਂਦਾ ਰਹਿੰਦਾ ਵਾ ਵੈਸੇ ਤਾਂ ਚਲੋ ਸ਼ੋ ਸ਼ਾਪ ਵਗੈਰਾ ਬਾਹਰ ਵੀ ਚੱਲਦੇ ਰਹਿੰਦੇ ਆ ਬਾਕੀ ਉਹ ਮਹੀਨੇ ਦੋਈ ਮਹੀਨੇ ਤੇ ਢੀੜਾ ਮਾਰਦਾ ਰਹਿੰਦਾ ਵਧੀਆ ਵਿਚਰਦਾ ਪਿੰਡ ਦੇ ਵਿੱਚ ਤੇ ਬਾਕੀ ਪਿੰਡ ਵਿੱਚ ਅਜੇ ਵੀ ਨਾ ਬਹੁਤ ਕੋਸ਼ ਘਾਟ ਹੈਗੀ ਉਸ ਲੈਵਲ ਦਾ ਕੋਈ ਕੰਮ ਨਹੀਂ ਹੋ ਸਕਦਾ ਜਿਹੜਾ ਮਤਲਬ ਹੋਣਾ ਚਾਹੀਦਾ ਜੇ ਆ ਪਿੱਛੇ ਬਾਪੂ ਹਣੀ ਬੈਠੇ ਨੇ ਇਹਨਾਂ ਨੇ ਤਾਂ بڑے ਸਰਪੰਚ ਬਦਲ ਤੇ بڑے ਸਰਪੰਚ ਬਣਾ ਤੇ ਤਾਂ ਬਾਪੂ ਜੀ ਤੁਸੀਂ ਤਾਂ ਆਪਦੀ ਉਮਰ ਚ ਬੜਿਆ ਸਰਪੰਚ ਬਣਾਏ ਬੜਿਆਂ ਦੇ ਹਾਰ ਪਾਏ ਹੋਣੇ ਕਈਆਂ ਦੇ ਪਾਇਪ ਪੁਆਇ ਲਵਾ ਵੀ ਦਿੱਤੇ ਹੋਣੇ ਆ ਤਾਂ ਸਰਪੰਚੀ ਕੀ ਲੱਗਦਾ ਕਿ ਸਰਪੰਚੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਅਸਲ ਦੇ ਵਿੱਚ ਸਰਪੰਚ ਬੜਾ ਜ਼ਿੰਮੇਵਾਰ ਬੰਦਾ ਹੁੰਦਾ ਪਿੰਡ ਦਾ ਮੋਹਤਵਾਰ ਅਸੀਂ ਤਾਂ ਜੀ ਨਾ ਕਿ ਹਜ਼ਾਰ ਅਜੇ ਤੱਕ ਪੁਆਏ ਆਪ ਵੀ ਪੁਆਏ ਨਾ ਕਿਹਦੇ ਪਾਈ ਆ ਹਾਂ ਅਸੀਂ ਤਾਂ ਪਿੰਡ ਦੇ ਸਾਦੇ ਬੰਦੇ ਆ ਆਪਦੀ ਮਿਹਨਤ ਕਰਨ ਵਾਲੇ ਆ ਸਾਡੇ ਲੋ ਕੋਈ ਬਣ ਜੇ ਕੋਈ ਨਾ ਬਣ ਜੇ ਸਾਨੂੰ ਕੋਈ ਇਤਰਾਜ਼ ਨਹੀਂ ਅੱਛਾ ਪਹਿਲਾਂ ਵੈਸੇ ਸਿਆਸਤ ਕਿਵੇਂ ਸਮਝਦੇ ਹੋ ਕਿ ਪਿੰਡ ਦਾ ਵਿਕਾਸ ਜਿੰਮੇਵਰੀ ਤਾਂ ਸਰਪੰਚ ਤੇ ਆ ਜਾਂਦੀ ਹੈ ਹਨਾ ਮੋਤਵਾਰ ਬੰਦੇ ਤੇ ਤਾਂ ਸਰਪੰਚ ਜਿੰਮੇ ਕੰਮ ਕਰਨੇ ਚਾਹੀਦੇ ਆ ਉਵੇਂ ਸਰਪੰਚ ਕਰਦੇ ਤੁਸੀਂ ਤਾਂ ਮੈਨੂੰ ਲੱਗਦਾ ਕਈ ਘਰਾਂ ਚ ਸਰਪੰਚੀ ਜਾਂਦੀ ਆਉਂਦੀ ਵੇਖੀ ਹੋਣੀ ਆ ਵੇਖੀ ਵੇਖੀ ਆ ਜੀ ਵੇਖੀ ਆ ਅਸਲੀ ਦਾ ਬੰਦਾ ਜਿਹੜਾ ਸਿਆਣਾ ਆ ਨਾ ਜੀ ਸਰਪੰਚ ਉਹ ਉਹਨੂੰ ਪਿੰਡ ਦੇ ਵਿੱਚ ਹੀ ਨਿਆਂ ਕਰਨਾ ਚਾਹੀਦਾ ਕਿਸੇ ਸਾਨੂੰ ਥਾਣੇ ਭਟਾਣੇ ਨਹੀਂ ਜਾਣਾ ਚਾਹੀਦਾ ਦੂਜੀ ਮੇਰੀ ਬੇਨਤੀ ਇਹ ਆ ਜਿਹੜੇ ਐਮਐਲ ਸਰਪੰਚ ਚੁਗਦੇ ਇਹਨਾਂ ਨੂੰ ਨਹੀਂ ਚੁਗੜੇ ਚਾਹੀਦੇ ਅੱਗੇ ਅਜੇ ਤੱਕ ਇਹ ਜਗ੍ਹਾ ਗੱਲਾਂ ਨਹੀਂ ਹੋਈਆਂ ਹੁਣ ਇਹ ਪਾਰਟੀ ਬਾਜ਼ੀ ਬਣਾਈ ਇਹ ਝਾੜੂ ਵਾਲਾ ਇਹ ਕਾਂਗਰਸੀ ਆ ਇਹ ਕੱਲੀ ਆ ਉਹ ਦੂਜੀ ਪਾਰਟੀ ਉਹਦੇ ਖੇਤਰੋ ਖੇਤਰੀ ਹੋਣ ਦੇ ਕੋਈ ਹੋਰ ਕੋਈ ਗੱਲ ਸਹੀ ਦਨ ਨਹੀਂ ਹੋ ਰਹੀ ਅੱਛਾ ਤਾਂ ਦੁਸ਼ਮਣੀਆਂ ਵੀ ਬੜੇ ਨਿਕੀਆਂ ਦੀਆਂ ਇਹਨਾਂ ਵੋਟਾਂ ਚ ਪੈ ਜਾਂਦੀਆਂ ਹੋਣੀਆਂ ਪੈ ਜਾਂਦੀਆਂ ਜੇ ਉਹਦੇ ਦੁਸ਼ਮਣੀਆਂ ਦਾ ਕੰਮ ਕਰਕੇ ਜੋ ਪਾਰਟੀ ਬਾਜ਼ੀ ਬਣ ਗਈ ਹੈਹੀ ਹੈਗੀ ਆ ਤਾ ਬਾਪੂ ਜੀ ਨੇ ਆਪਦੀ ਉਮਰ ਦੇ ਤਕਾਜ਼ੇ ਹਿਸਾਬ ਨਾਲ ਗੱਲ ਕੀਤੀ ਐ ਕਿ ਸਿਆਸਤ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਪਿੰਡ ਦੇ ਭਲੇ ਲਈ ਕੰਮ ਹੋਣਾ ਚਾਹੀਦਾ ਤਾਂ ਲਗਾਤਾਰ ਅਸੀਂ ਇੱਕ ਇਧਰ ਪਿੱਛੇ ਬੈਠੇ ਨੇ ਬਾਪੂ ਜੀ ਬਾਪੂ ਜੀ ਸਰਪੰਚੀ ਕੀ ਲੱਗਦਾ ਵੀ ਕਿਹਦੇ ਹਿੱਸੇ ਹੋਣੀ ਚਾਹੀਦੀ ਕਿਸੇ ਜੇ ਬੰਦੇ ਦੇ ਹਿੱਸੇ ਨਾ ਹੀ ਅਸੀਂ ਤਾਂ ਨੇ ਆਪ ਵੀ ਕੋਈ ਬਾਂਝੇ ਤੇ ਚੰਗਾ ਕੰਮ ਪਿੰਡ ਦਾ ਕਰੇ ਸਾਰੇ ਹਾਂ ਤੇ ਬਾਕੀ ਆੜੇ ਮੰਤਰੀਆਂ ਨੂੰ ਚਾਹੀਦਾ ਵੀ ਆ ਕੰਮ ਨਾ ਕਰ ਨਾ ਇਹ ਪਿੰਡ ਦੇ ਵਿੱਚ ਆਪ ਆਪ ਦੀ ਤਾਕਤ ਨਾਲ ਆਪ ਦਾ ਸਰਪੰਚ ਬਣੇ ਕੋਈ ਹਾਂ ਹਾਂਜੀ ਤਾਂ ਆਪ ਦੀ ਤਾਕਤ ਨਾਲ ਤਾਂ ਇੱਕ ਇੱਧਰ ਸਰਦਾਰ ਸਾਹਿਬ ਆਏ ਨੇ ਜਦੋਂ ਦੂਰੋਂ ਆਉਂਦੇ ਸੀ ਤਾਂ ਮੈਨੂੰ ਇਸ਼ਾਰਾ ਕੀਤਾ ਸੀ ਕਹਿੰਦੇ ਵੀ ਇਹ ਨਰਵੈਰ ਪੰਨੂ ਦੇ ਬਾਪੂ ਜੀ ਨੇ ਯਾਨੀ ਨਰਵੈਰ ਪੰਨੂ ਦੇ ਫਾਦਰ ਨੇ ਨਰਵੈਰ ਪੰਨੂ ਨੂੰ ਲੱਗਦਾ ਕਿ ਨੌਜਵਾਨ ਤਾਂ ਤਕਰੀਬਨ ਜਾਣਦੇ ਆ ਇੱਕ ਸਿਟੀ ਆਫ ਗੋਲਡ ਵਾਲਾ ਗਾਣਾ ਉਹਨਾਂ ਦਾ ਬੜਾ ਚੱਲਿਆ ਸੀ ਹੋਰ ਬੜੇ ਅੱਛਾ ਤੁਸੀਂ ਪਿੰਡ 'ਚ ਹੀ ਰਹਿੰਦੇ ਹੋ ਜੀ ਹਾਂਜੀ ਪਿੰਡ 'ਚ ਰਹਿੰਦਾ ਹਾਂ ਸਿੰਦਰਪੁਰ ਨਰਰ ਮੋਹੱਲੇ ਅੱਛਾ ਕੀ ਪਿੰਡ ਦੀ ਸਿਆਸਤ ਦੇ ਵਿੱਚ ਫਿਰ ਦਖਲ ਦਖਲ ਮਾੜਾ ਮਾੜਾ ਦਿੰਦੇ ਹੋ ਤੁਸੀਂ ਆ ਸਿਆਸਤ ਦੇ ਪਿੱਛੇ ਆਮ ਪਾਰਟੀ ਚ ਆਏ ਅਗੇ ਮਤਲਬ ਬਦਲਾ ਦੇ ਚੱਕਰ ਚ ਤੇ ਕਾਫੀ ਲੋਕ ਨਵੇਂ ਆਏ ਦੇ ਵਿੱਚ ਇਸ ਤਰ੍ਹਾਂ ਅਸੀਂ ਵੀ ਆ ਗਏ ਕੀ ਲੱਗਦਾ ਜੀ ਕਿ ਕਿਸ ਤਰ੍ਹਾਂ ਦਾ ਸਰਪੰਚ ਚੋਣਨਾ ਚਾਹੀਦਾ ਹੁਣ ਜਿਵੇਂ ਤੁਹਾਡਾ ਪਿੰਡ ਆ ਵੱਡਾ ਪਿੰਡ ਆ ਦੱਸਦੇ ਸਹੂਲਤਾਂ ਸਾਲ ਤੱਕ ਕਿਸ ਤਰ੍ਹਾਂ ਦੀ ਹੋਣੀਆਂ ਚਾਹੀਦੀਆਂ ਕੁੱਲ ਮਿਲਾ ਕੇ ਪਾਰਟੀ ਬਾਜ਼ੀ ਦੇ ਹਿਸਾਬ ਨਾਲੀ ਸਰਪੰਚੀ ਹੋਣੀ ਚਾਹੀਦੀ ਹੈ ਕਿ ਪਿੰਡ ਦੇ ਮੁੱਦਿਆਂ ਦੇ ਹਿਸਾਬ ਨਾਲ ਸਰਪੰਚੀ ਤਾਂ ਪਿੰਡ ਵਾਲੇ ਲੋਕ ਸਾਰੇ ਇਕੱਠੇ ਹੋ ਕੇ ਚੰਗਾ ਬੰਦਾ ਚੋਣਨ ਤੇ ਵਧੀਆ ਗੱਲ ਆ ਜਿਹੜਾ ਕੋਈ ਪਿੰਡ ਦੇ ਕੰਮ ਕਰ ਸਕੇ ਸਾਸਤ ਉੱਪਰ ਹੀ ਹੋਣਾ ਸਰਪੰਚ ਨਿਰਪੱਖ ਹੋ ਕੇ ਕੰਮ ਕਰੇ ਫੇਰ ਹੀ ਅੱਜ ਪਹਿਲਾਂ ਵਾਲੇ ਸਰਪੰਚ ਕਿਵੇਂ ਠੀਕ-ਠਾਕ ਕੰਮ-ਕੁਮ ਕਰਦੇ ਆ ਕਿ ਬਸ ਸਰਪੰਚੀ ਵਾਲੀਆ ਵੋਟਾਂ ਤੇ ਕਰੀ ਗੱਲ ਨਿਬੜ ਜਾਂਦੀ ਐ ਨਹੀਂ ਵਧੀਆ ਰਹੇ ਨੇ ਸਰਪੰਚ ਲਗਭਗ ਜਿੰਨੇ ਵੀ ਹੋਏ ਨੇ ਪਿੱਛੇ ਵਧੀਆ ਕੰਮ ਹੋਇਆ ਜਿੰਨਾ ਵੀ ਹੋਇਆ ਪਿਛਲੀ ਵਾਰੀ ਵਧੀਆ ਹੋਇਆ ਕੰਮ ਹਾਂਜੀ ਤਾਂ ਕਹਿੰਦੇ ਨੇ ਜੀ ਕਿ ਸਿਆਸਤ ਆਪ ਬੇਸ਼ੱਕ ਕਿਸੇ ਪਾਰਟੀ ਨਾਲ ਜੁੜੇ ਹੋਣ ਪਰ ਕਹਿੰਦੇ ਨੇ ਕਿ ਸਿਆਸਤ ਭਾਰੀ ਨਹੀਂ ਪੈਣੀ ਚਾਹੀਦੀ ਆ ਵੀਰ ਨਹੀਂ ਪਿੱਛੇ ਇਸ਼ਾਰਾ ਕਰੀ ਜਾਂਦੇ ਆ ਆ ਵੀਰ ਨਹੀਂ ਹਾਂਜੀ ਵੀਰ ਜਿਵੇਂ ਸਾਰਿਆਂ ਨੇ ਕਹਿੰਦੇ ਤਾਂ ਸਾਰੇ ਇਹੀ ਆ ਕਿ ਭਾਈ ਸਿਆਸਤ ਨਹੀਂ ਵੋਟਾਂ ਚ ਹੋਣੀ ਚਾਹੀਦੀ ਪਰ ਮੈਂ ਦੇਖਿਆ ਜਿੱਤੇ ਵੋਟਾਂ ਪੈਂਦੀਆਂ ਉਹਦੇ ਬੜਾ ਕੁਝ ਹੁੰਦਾ ਬਿਲਕੁਲ ਵੀਰੇ ਕੱਲ ਤੁਸੀਂ ਦੇਖੇ ਜੀਰੇ ਹਨ ਸਿਹਸਤਾ ਹੀ ਸਾਰਾ ਮੁੱਦਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਸਸਤਾਡੇ ਪਿੰਡ ਨਹੀਂ ਆਉਂਦੀ ਕਿ ਸ਼ੀਤੀ ਤੇ ਜੋ ਤੁਹਾਨੂੰ ਪਤਾ ਹੀ ਆ ਦੋ ਪਾਰਟੀਆਂ ਖੜੀ ਹੋਣ ਤੇ ਫਿਰ ਸਿਹਸਤਾ ਵਿੱਚ ਆ ਜਾਂਦੀ ਆ ਬਾਕੀ ਅਸੀਂ ਸਾਡੇ ਮੁੰਡੇ ਨੌਜਵਾਨ ਆ ਬਹੁਤ ਟਾਈਮ ਹੋ ਗਿਆ ਗਰਾਊਂਡਾਂ ਨੂੰ ਸਾਡੇ ਗਰਾਊਂਡ ਤਿੰਨ ਥਾਂ ਬਦਲ ਗਏ ਆ ਚੌਥਾ ਗਰਾਊਂਡ ਆ ਅੱਜ ਇੱਥੇ ਆ ਗਿਆ ਸਾਡੇ ਤੇ ਨੇੜੇ ਅਸੀਂ ਬਹੁਤ ਯੋਰ ਲਾਇਆ ਵੀ ਆ ਕੀ ਗਰਾਊਂਡ ਬਣ ਜਾਈ ਅਗੀ ਪਿੱਛੇ ਸਾਡਾ ਮੁੰਡਾ ਕੁਲਦੀਪ ਸਿੰਘ ਸ਼ਹੀਦ ਹੋਇਆ ਫੌਜੀ ਉਹਦੇ ਨਾਂ ਤੇ ਗਰਾਊਂਡ ਬਣਾਣਾ ਸੀਗਾ ਤੇ ਸਾਰੇ ਹੁਣ ਨਵੇਂ ਮੌਜੂਦਾ ਜਿਹੜੀ ਬਣ ਕੇ ਵੀ ਸਾਡੀ ਪੰਚਾਇਤ ਪੰਚਾਇਤ ਦਾ ਜਾਂ ਵੀ ਜੋ ਮਰਜ਼ੀ ਗੱਲ ਹੋਣਾ ਤੇ ਉਹ ਹੁਣ ਇਹਨਾਂ ਦਾ ਕਹਿਣ ਦਾ ਬੜਾ ਹੀ ਇਹਨਾਂ ਨੇ ਮਗਰ ਵੀ ਕਿਹਾ ਹੈ ਵੀ ਗਰਾਊਂਡ ਬਣ ਜੇ ਗਰਾਊਂਡ ਬਣ ਜੇ ਜਿਹੜਾ ਹੁਣ ਜਿਹੜਾ ਸਰਪੰਚੀ ਦੀਆਂ ਵੋਟਾਂ ਲੈਣ ਆਊਗਾ ਉਹਨੂੰ ਉਹਦੇ ਸਾਹਮਣੇ ਕਿਹੜੇ ਜਿੱਦਾਂ ਸਮਝ ਲਓ ਵੀ ਉਹਨੇ ਮੁੱਦਾ ਕਿਹੜਾ ਰੱਖੋਗੇ ਵੀ ਜਿਹੜਾ ਕਰੂਗਾ ਉਹਨੂੰ ਬਣਾਵਾਂਗੇ ਵੇਖੋ ਵੀ ਬੇਸ਼ੱਕ ਹਾਂ ਜੀ ਆਉਣਗੇ ਤੁਹਾਨੂੰ ਪਤਾ ਹੀ ਆ ਸਰਪੰਚੀ ਦਾ ਮੁੱਦੇ ਜਾਣ ਵੀ ਸ਼ਾਸਤਪੁਰੀ ਹੋ ਗਈ ਆ ਉੱਪਰ ਤੱਕ ਅਸੀਂ ਇਹਨਾਂ ਨੂੰ ਗਰਾਊਂਡ ਬਾਰੇ ਜ਼ਰੂਰ ਕਵਾਂਗੇ ਇੱਕ ਪਾਰਕਿੰਗ ਸਾਡੇ ਨਿਕਨੇ ਕੇ ਜਵਾਗ ਆਇ ਇੱਕ ਸਾਡੇ ਹਾਲੜੀ ਹੋਇਆ ਗਰਾਊਂਡ ਦਾ ਯਾਨਕੇ ਨਾਲ ਕਾ ਨਹੀਂ ਲੱਗਾ ਪਾਣੀ ਦਾ ਬਹੁਤ ਅਸੀਂ ਬਹਿਸ ਕੀਤੀ ਇਹਨਾਂ ਨਾਲ ਵੀ ਤੇ ਲੋ ਦੂਜਾ ਸੀ ਇੱਕ ਪਾਰਕਿੰਗ ਪਾਰਕਿੰਗ ਬਾਰੇ ਤੇ ਇੱਕ ਗਰਾਊਂਡ ਬਾਰੇ ਸਾਰਿਆਂ ਨੂੰ ਹੀ ਤਾਂ ਗਰਾਊਂਡ ਕਹਿੰਦੇ ਜ਼ਰੂਰ ਚਾਹੀਦਾ ਕਿਉਂਕਿ ਜੇ ਗਰਾਊਂਡ ਹੋਊਗਾ ਤਾਂ ਹੀ ਪਿੰਡ ਦੇ ਨੌਜਵਾਨ ਖੇਡ ਸਕਣਗੇ ਖੇਡਾਂ ਨਾਲ ਜੁੜਨਗੇ ਤੇ ਜਿਹਨੂੰ ਲੈ ਕੇ ਪੰਜਾਬ ਦੇ ਪਿੰਡਾਂ ਨੂੰ ਕਈ ਵਾਰੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਹੁੰਦੀ ਆ ਤਾਂ ਕਹਿੰਦੇ ਨੇ ਕਿ ਬਹੁਤ ਜ਼ਰੂਰੀ ਹੈ ਕਿਹੜਾ ਸਰਦਾਰ ਸਾਹਿਬ ਕੀ ਕੰਨ ਚ ਫੂਕ ਮਾਰਤੀ ਇਹਨਾਂ ਨੇ ਅੱਛਾ ਕੀ ਕਹਿੰਦੀ ਹੈ ਜੀ ਸਿਆਸਤ ਪਿੰਡ ਦੀ ਜਿਵੇਂ ਹੁਣੇ ਵੀਰ ਹੋਣੀ ਕਹ ਰਹੇ ਸੀ ਗਰੌਂਡਾ ਹੋਣੀਆਂ ਚਾਹੀਦੀਆਂ ਜੋ ਪਿੰਡ ਦੇ ਵਿੱਚ ਪਹਿਲਾਂ ਕੰਮ ਕਮੂ ਹੋਏ ਆ ਗਲੀਆਂ ਨਾਲੀਆਂ ਸਭ ਓਕੇ ਆ ਗਰੌਂਡਾ ਜੀ ਮੈਂ ਮੌਜੂਦਾ ਸਰਪੰਚ ਰਿਆਂ ਹੋਣਾ ਰਿਟਾਇਰ ਹੋਣਾ ਅੱਜ ਭੜਕਾ ਅੱਛਾ ਤੁਸੀਂ ਹਾਂ ਤੇ ਸਾਡੇ ਪਿੰਡ ਭਗਵੰਤ ਮਾਨ ਆਇਆ ਹੈਗਾ ਸ਼ਹੀਦ ਕਲਦੀਪ ਫੌਜੀ ਸਿੰਘ ਦੇ ਭੋਗ ਤੇ ਹਾਂ ਉਹ ਤੇ ਨਹੀਂ ਆ ਸਕਿਆ ਉਹ ਦੋ ਦਿਨ ਮਗਰੋਂ ਆਇਆ ਹੈਗਾ ਉਹ ਆਪਣਾ ਗਰਾਊਂਡ ਦਾ ਸਟੇਡੀਅਮ ਦਾ ਕਹਿ ਗਿਆ ਇੱਕ ਵੀ ਰੁਪਿਆ ਸਟੇਡੀਅਮ ਦਾ ਨਹੀਂ ਅਜੇ ਤੱਕ ਪਾਇਆ ਗਿਆ ਉਹਨਾਂ ਤੋਂ ਜੋ ਕਾਂਗਰਸ ਵੇਲੇ ਦਾ 12 ਲੱਖ ਰੁਪਿਆ ਪਾਇਆ ਹੈਗਾ ਉਹਦੇ ਨਾਲ ਹੀ ਚਾਰ ਦਿਵਾਰੀ ਕਰਤੀ ਆ ਉੱਥੇ ਤੋਂ ਉੱਥੇ ਕੰਮ ਖੜਾ ਹੈ ਅੱਛਾ ਜੀ ਜਦੋਂ ਤੁਹਾਡਾ ਹੁਣ ਤੁਸੀਂ ਆਪ ਹੀ ਆਏ ਗਏ ਆ ਤਾਂ ਸਰਪੰਚ ਸਾਹਿਬ ਆਪ ਹੀ ਟੱਕਰ ਕੇ ਮੂਹਰੇ ਹੋਏ ਕਹਿੰਦੇ ਨੇ ਵੀ ਜਮਾਂ ਸਾਹਮਣੇ ਹੋ ਗਿਆ ਆਪ ਹੀ ਬਹਿ ਗਏ ਸਰਪੰਚ ਸਾਹਿਬ ਹੁਣੇ ਉਹ ਦੱਸੋ ਰਿਪੋਰਟ ਕਾਰਡ 'ਚ ਤੁਹਾਡੀਆਂ ਕੋਈ ਪੰਜ ਚਾਰ ਚੀਜ਼ਾਂ ਮੈਨੂੰ ਗਿਣਾਓ ਵੀ ਤੁਸੀਂ ਪਿੰਡ 'ਚ ਆਪਦੇ ਟਾਈਮ 'ਚ ਕੀ ਕਰਾਇਆ ਚੱਲ ਆ ਤੁਸੀਂ ਪਾਸੇ ਕਰ ਦਿਓ ਢਾਈ ਪਿਛਲੇ ਢਾਈ ਦੱਸ ਦਿਓ ਵੀ ਤੁਸੀਂ ਕੀ ਕੰਮ ਕਰਾਏ ਪੰਜ ਕੰਮ ਦੱਸ ਦਿਓ ਢਾਈਆਂ ਸਾਲਾਂ ਜੀ ਅਸੀਂ ਮੰਡੀ ਦਾਣਾ ਮੰਡੀ ਜਾ ਕੇ ਵੇਖ ਲਓ ਦਾਣਾ ਮੰਡੀ ਦਾ ਸਾਡਾ ਮੰਧਾਲ ਸੀਗਾ ਹੂੰ ਦਾਣਾ ਮੰਡੀ ਅਸੀਂ ਐ ਬਣਾਤੀ ਆ ਭਾਵੇਂ ਰੋਟੀ ਰੱਖ ਕੇ ਥੱਲੇ ਖਾ ਲਵੇ ਕੋਈ ਕੀ ਕੀ ਕੀਤਾ ਕੀ ਕੀ ਉੱਥੇ ਪੱਕੀ ਬਣਾ ਦੀਆ ਪਹਿਲਾਂ ਕੱਚੀ ਸੀ ਪਹਿਲਾਂ ਕੱਚੀ ਸੀ ਕੋਈ ਹਾਲ ਹੀ ਕੋਈ ਨਹੀਂ ਮੰਡੀ ਦਾ ਦਾਣਾ ਮੰਡੀ ਦਾ ਇੱਕ ਸਕੂਲ ਅਸੀਂ ਕਰਾਇਆ ਸਕੂਲ ਦਾ ਕੀ ਕਰਾਇਆ ਸਕੂਲ ਅਪਡੇਟ ਕਰਾਇਆ ਜੀ ਤੇ ਇਹਨਾਂ ਤੋਂ ਟੀਚਰ ਹੀ ਨਹੀਂ ਪੂਰੇ ਹੋਏ ਹੁਣ ਝਾੜੂ ਵਾਲਿਆਂ ਨੂੰ ਪਹਿਲਾਂ ਕਿਹੜੀ ਕਲਾਸ ਸੀ ਹੁਣ ਕਿਹੜੀ ਕਰਾਤੀ ਪਹਿਲਾਂ 8ਵੀਂ ਸੀ ਕਿ ਮੁਰਗੇ ਹਾਈ ਕਰਾਇਆ ਹਾਂ ਦੋ ਕੰਮ ਹੋ ਗਏ ਉਹ ਤਿੰਨ ਹੋਰ ਦਾ ਹਾਂ ਜੀ ਗਲੀਆਂ ਨਾਲੀਆਂ ਬਾਕੀ ਤਾਂ ਚੱਲੀ ਜਾਂਦਾ ਜੋ ਦੀ ਗਲੀਆਂ ਨਾਲੀਆਂ ਤਾਂ ਗਲੀਆਂ ਨਾਲੀਆਂ ਚ ਤਾਂ ਆਪਾਂ ਨਿਕਲੇ ਹੀ ਨਹੀਂ ਜੀ ਪਰ ਗਰਾਊਂਡ ਦੀ ਤੁਹਾਡੇ ਸਾਹਮਣੇ ਮੁੰਡੇ ਕਹੀ ਜਾਂਦੇ ਗਰਾਊਂਡ ਅਸੀਂ ਬਣਾਇਆ ਜੀ ਗਰਾਊਂਡ ਹੋਰ ਕਿਹਨੇ ਬਣਾਇਆ ਇਹ ਤਾਂ ਕਹਿੰਦੇ ਗ 12 ਲੱਖ ਮੜਾ ਜਾ ਇਹ ਇਹ ਤਾਂ ਕਹਿੰਦੇ ਗਰਾਊਂਡ ਬਣਾਤਾ ਹੈਗਾ ਗਰਾਊਂਡ ਗਰਾਊਂਡ ਵੀਰ ਜੀ ਮੇਰੇ ਕੋਲ ਗਰਾਊਂਡ ਨਾ ਬਣਿਆ ਹੋਇਆ ਵਾ ਥੋੜਾ ਆ ਕੰਪਲੀਟ ਕਰਨ ਵਾਲਾ ਕੰਪਲੀਟ ਜੀ ਕਟਕਲ ਵੇਰ ਕੀ ਮੰਨ ਲਓ ਭਗਵੰਤ ਮਾਨ ਆਇਆ ਸੀਗਾ ਪ੍ਰੋਜੈਕਟ 50 ਲੱਖ ਦਾ ਸੀ ਹਾਂ ਕੁਲਦੀਪ ਫੌਜੀ ਦੇ ਸ਼ਹੀਦ ਦੇ ਨਾਂ ਗਰਾਊਂਡ ਤਾਂ ਚਲੋ ਪਹਿਲਾਂ ਹੀ ਕੁਲਬੀਰ ਜੀ ਰਾਣ ਨੇ ਨਾ ਪਹਿਲਾਂ ਹੀ ਜਵੀ ਰੱਖੀ ਸੀ ਗਨੀ ਪੱਥਰ ਠੀਕ ਉਸ ਆਉਣਾ ਚਲੋ 10 ਲੱਖ ਕਿਹੜਾ 12 ਲੱਖ ਆਇਆ ਸੀ ਉਹ ਲੱਗ ਗਿਆ ਗਰਾਊਂਡ 'ਚ ਹੌਣ ਗਰਾਉਂਡ ਘਟ ਘਟ 50 ਲੱਖ ਦੀ ਜਿਹਨੇ ਕਿਨੇ ਪ੍ਰੋਜੈਕਟ ਆਇਆ ਹੈ ਅਧੂਰਾ ਹੈ ਅਧੂਰਾ ਆਇਆ ਗਰਾਉਂਡ ਹੈ ਗਰਾਉਂਡ ਜਾਣ ਕੇ ਜਿਹੜਾ ਅਧੂਰਾ ਹੈ ਜੀ ਹਾਂ ਜੀ ਇੱਕ ਵੀ ਰੁਪਇਆ ਉਦੋਂ ਮੁੜ ਕੇ ਨਹੀਂ ਆਇਆ ਅਸੀਂ 12 ਲੱਖ ਲਾ ਗਿਆ ਉਹਦਾ ਬੈਠੇ ਇਹਨਾਂ ਨੂੰ ਕਿਨੇ ਲਿਆਓ ਤੇ ਲਾ ਦੇਣਾ ਹੈਗਾ ਗਾਣ ਕੋ ਹਾਊਗਾ ਤੇ ਗਾਣ ਤਲੋ ਸਰਕਾਰ ਇਹਨਾਂ ਦੀ ਪੰਚਾਇਤ ਬਣ ਗਈ ਹੁਣ ਅੱਛਾ ਐਤ ਕੀ ਮਸਲਾ ਹੈਗੇ ਐਤ ਐਤ ਕੀ ਐਤ ਕੀ ਲੜਨਾ ਹੈ ਇਲੈਕਸ਼ਨ ਹਾਂ ਜੀ ਐਤ ਕੀ ਇਲੈਕਸ਼ਨ ਹਾਲੇ ਤਾਂ ਫੈਲਾਂ ਭਰੀਆਂ ਰਹਿ ਗਈਆਂ ਹੱਡੀਆਂ ਦਾ ਨਹੀਂ ਭਰੇ ਗਏ ਜਦ ਕੀ ਹਾਂ ਜੀ ਭਰੇ ਹੈਗੇ ਐਤ ਕੀ ਭਰੇ ਗਏ ਚੋਣ ਮੈਦਾਨ ਚ ਅਜੇ ਤਾਂ ਟਾਈਮ ਹੈਗਾ ਚੋ ਚਾਰ ਤਰੀ ਨੂੰ ਉਹਨਾਂ ਦੇ ਕਾਗਜ਼ ਭਰਨੇ ਆ ਭਰਾਂਗੇ ਆਪਦਾ ਲਾਵਾਂਗੇ ਜੋਰ ਅਸੀਂ ਜਿੰਨਾ ਲੱਗਾ ਤਾਂ ਫਿਰ ਜੈਦ ਕੀ ਬਣ ਕੇ ਫੇਰ ਜਿਹੜਾ ਗਰਾਊਂਡ ਵਾਲਾ ਕੱਚ ਕੱਢਦੇ ਉਹਨਾਂ ਦਾ 1.5 ਸਾਲ ਤਾਂ ਨਹੀਂ ਜਦੋਂ ਆ ਗਿਆ ਆਪਣਾ ਕਲਬੀਰ ਸਿੰਘ ਜੀਰਾ ਤੇ ਉਦੋਂ ਫਿਰ ਕੱਢ ਦਾਂਗੇ ਵਟ ਉਹਨਾਂ ਚਿਰ ਤਾਂ ਸਾਡੀ ਕਿੰਨੇ ਸੋਨੀ ਨਹੀਂ ਗਈ ਤਾਂ ਲੋ ਜੀ ਇਹ ਤਾਂ ਸਭ ਤੋਂ ਵੱਧ ਦੇ ਕਹਿੰਦੇ ਨੇ ਕਾਂਗਰਸੀ ਸਰਪੰਚ ਨੇ ਪਿੰਡ ਦੇ ਤਾਂ ਕਹਿੰਦੇ ਵੀ ਜਿਹੜੇ ਸੀਗੇ ਲਾਤੇ ਹੁਣ ਕੰਮ ਫਸਿਆ ਜਾ ਪਿਆ ਪਰ ਮੈਦਾਨ 'ਚ ਫੇਰ ਉਤਰੇ ਹੋਏ ਆ ਚੋਣ ਫੇਰ ਲੜਨੀ ਆ ਕਹਿੰਦੇ ਤਾਂ ਲੋਕੀ ਕਲਾਂ ਦੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਰ ਪਿੰਡਾਂ ਦੀ ਸਿਆਸਤ ਪਿੰਡਾਂ ਤੱਕ ਸੀਮਿਤ ਰਹੇ ਤਾਂ ਜ਼ਿਆਦਾ ਵਧੀਆ ਜਦੋਂ ਇਸ ਸਿਆਸਤ ਦੇ ਵਿੱਚ ਨੈਸ਼ਨਲ ਜਾਂ ਸੂਬੇ ਦੀ ਰਾਜਨੀਤੀ ਦਖਲ ਦਿੰਦੀ ਆ ਉਦੋਂ ਕਿਤੇ ਨਾ ਕਿਤੇ ਕਾਫੀ ਆਪਸ ਦੇ ਵਿੱਚ ਪ੍ਰਭਾਵਿਤ ਪਿੰਡਾਂ ਦੇ ਲੋਕ ਹੁੰਦੇ ਨੇ ਖੈਰ ਵੋਟ ਜ਼ਰੂਰ ਕਰਿਓ ਸਰਪੰਚ ਆਪਦੀ ਮਰਜ਼ੀ ਨਾਲ ਚੁਣਿਓ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਵਿੰਦਰ ਸਿੰਘ ਭਰਾ ਨਿਊਜ਼ 18 ਲੋਕਾਕਲਾ ਬਲਾਕ ਜੀਰਾ ਫਰੋਜ਼ਪੁਰ